ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਕੁੰਬਾਂ ਦੀ ਸਬਜ਼ੀ ਬਣਾਉਣ ਲੱਗੇ ਹਾਂ। ਇਹ ਆਪਣੀਆਂ ਘਰ ਦੀਆਂ ਕੁੰਬਾਂ ਨੇ, ਇਹਨਾਂ ਨੂੰ ਆਪਾਂ ਗੈਸ 'ਤੇ ਉਬਾਲਾਂਗੇ 2 ਕੁ ਮਿੰਟ ਲਈ। ਅਤੇ ਇਹ ਆਪਣੇ ਬਰੀਕ ਚੀਰੇ ਹੋਏ ਪਿਆਜ਼, ਟਮਾਟਰ, ਹਰੀ ਮਿਰਚ, ਬਾਕੀ ਆਪਾਂ ਨਮਕ ਮਿਰਚ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ। ਅਤੇ ਆਪਾਂ ਇਹਨੂੰ ਦੇਸੀ ਘੀ ਦਾ ਤੜਕਾ ਲਗਾਵਾਂਗੇ। ਆਓ ਹੁਣ ਆਪਾਂ ਸਭ ਤੋਂ ਪਹਿਲਾਂ ਕੁੰਬਾਂ ਨੂੰ ਗੈਸ 'ਤੇ ਉਬਾਲਦੇ ਹਾਂ। ਇਹਨੂੰ ਲੋਅ ਫਲੇਮ 'ਤੇ ਉਬਾਲਾਂਗੇ ਆਪਾਂ 2 ਮਿੰਟ ਲਈ। ਹੁਣ ਆਪਾਂ ਸਭ ਤੋਂ ਪਹਿਲਾਂ ਗੈਸ ਬਾਲਾਂਗੇ, ਗੈਸ ਔਨ ਕਰਾਂਗੇ। ਅਤੇ ਹੁਣ ਆਪਾਂ ਇਹਦੇ ਉੱਪਰ ਜਿਹੜੀ ਕੁੰਬਾ ਹੈ ਉਬਲਦੇ ਰੱਖਾਂਗੇ ਲੋਅ ਫਲੇਮ 'ਤੇ ਕਰਕੇ। ਅਤੇ ਇੰਨੇ ਆਪਾਂ ਉੱਧਰ ਆਪਣਾ ਤੜਕਾ ਲਗਾਉਣਾ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਆਪਾਂ ਅੱਧਾ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ। ਇੰਨੇ ਆਪਣਾ ਘਿਓ ਗਰਮ ਹੋ ਰਿਹਾ, ਆਪਣਾ ਆਪਣੀ ਕੁੰਬਾਂ ਵੀ ਉਬਲਣੀਆਂ ਸ਼ੁਰੂ ਹੋ ਗਈਆਂ। ਵੈਸੇ ਆਪਾਂ ਇਹਨੂੰ 1 ਮਿੰਟ ਤੱਕ ਬੰਦ ਕਰ ਦਾਂਗੇ ਆਪਣੇ ਗੈਸ ਨੂੰ, ਫਿਰ ਕਿਉਂਕਿ ਆਪਾਂ ਨੇ ਕੁੰਬਾਂ ਜ਼ਿਆਦਾ ਨਹੀਂ ਉਬਾਲਣੀਆਂ ਹੈਗੀਆਂ। ਅਗਰ ਆਪਾਂ ਜ਼ਿਆਦਾ ਉਬਾਲ ਦਾਂਗੇ ਫਿਰ ਇਹ ਜ਼ਿਆਦਾ ਉਬਲ ਜਾਣਗੇ, ਆਪਾਂ ਨੇ ਵੈਸੇ 1-2 ਮਿੰਟ ਹੀ ਉਬਾਲ ਲੈਣੇ। ਹੁਣ ਆਪਾਂ ਗੈਸ ਔਫ ਕਰ ਦਾਂਗੇ, ਆਪਣੇ ਕੁੰਬਾਂ ਉਬਲ ਚੁੱਕੀਆਂ। ਵੈਸੇ ਕੋਸੇ ਮਤਲਬ ਕਿ ਗਰਮ ਜਿਹਾ ਪਾਣੀ ਕਰਨਾ ਫਰੈਂਡਸ ਆਪਾਂ ਨੇ। ਆਪਣਾ ਜਿਹੜਾ ਦੇਸੀ ਘਿਓ ਪਾਇਆ ਸੀਗਾ ਗਰਮ ਹੋ ਗਿਆ। ਹੁਣ ਮੈਂ ਇਹਦੇ ਵਿੱਚ ਜੀਰਾ ਪਾਊਂਗੀ, ਥੋੜ੍ਹਾ ਜਿਹਾ ਆਪਾਂ ਜੀਰਾ ਪਾਵਾਂਗੇ। ਅਤੇ ਫਿਰ ਆਪਾਂ ਇਹਦੇ ਵਿੱਚ ਜੀਰਾ ਭੁੰਨਣ ਹੋ ਜੂਗਾ ਜਦੋਂ ਪਿਆਜ਼ ਪਾਵਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ। ਅਤੇ ਹੁਣ ਆਪਾਂ ਹਰੀ ਮਿਰਚ ਨੂੰ ਚੀਰ ਲਾਂਗੇ ਬਰੀਕ ਜਿਹੀ ਆਪਣਾ, ਉਹਨੇ ਆਪਣਾ ਪਿਆਜ਼ ਭੁੰਨ ਹੋ ਰਹੇ ਨੇ। ਸੋ ਫਰੈਂਡਸ, ਜੇ ਤੁਹਾਨੂੰ ਸਾਡੀ ਵੀਡੀਓ ਵੀ ਪਸੰਦ ਆਉਂਦੀ ਤਾਂ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡੀ ਅਗਲੀ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ। ਅਤੇ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਆ ਕਰੋ, ਫਿਰ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਇਹ ਡਿਸ਼ ਕਿਵੇਂ ਦੀ ਲੱਗੀ। ਅਤੇ ਹੁਣ ਆਪਾਂ ਟਮਾਟਰ ਨੂੰ ਵੀ ਇੱਦਾਂ ਹੀ ਬਰੀਕ ਬਰੀਕ ਚੀਰ ਲੈਣਾ ਹੈ।
अपने प्याज हल्के ब्राउन होने लग गए। हुण आपां इहनां थोड़ा जिहा होर भुन्नांगे, पर उहदे नाल जिहड़ी सब्जी आपणी उहदा टेस्ट ही अलग आउंदा है। हुण आपां हरी मिर्च पा देंगे जिहड़ी बरीक कट के रखी हुई है। ਜਿਹੜੀਆਂ ਆਪਣੀਆਂ ਕੁੰਬਾਂ ਹੈ ਇਹਨੂੰ ਆਪਾਂ ਇੱਕ ਝਾਰਨੀ ਵਿੱਚ ਪਾਣੀ 'ਚੋਂ ਕੱਢ ਲਵਾਂਗੇ, ਇੰਨੇ ਇਹਨਾਂ ਦਾ ਪਾਣੀ ਸੁੱਕ ਜੂਗਾ। ਅਤੇ ਗੈਸ ਆਪਾਂ ਨੇ ਲੋਅ ਫਲੇਮ 'ਤੇ ਕਰ ਦੇਣਾ ਹੈ। ਆਹ ਦੇਖੋ ਆਪਣੇ ਪਿਆਜ਼ ਬਰਾਊਨ ਹੋ ਗਏ। ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ। ਛੋਟਾ ਚਮਚ ਆਪਾਂ ਨੇ ਇੱਕ ਹਲਦੀ ਦਾ ਪਾਇਆ ਅਤੇ ਨਮਕ ਮਿਰਚ ਆਪਾਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹਾਂ, ਕਿਉਂਕਿ ਕੋਈ ਕਿਸੇ ਨੂੰ ਘੱਟ ਖਾਣਾ ਪਸੰਦ ਹੈ, ਕਿਸੇ ਨੂੰ ਜ਼ਿਆਦਾ। ਇਹ ਆਪਾਂ ਬਿਲਕੁਲ ਸਿੰਪਲ ਕੁੰਬਾਂ ਦੀ ਸਬਜ਼ੀ ਬਣਾ ਰਹੇ ਹਾਂ। ਨਾ ਆਪਾਂ ਨੇ ਫਰਾਈ ਕਰੀਆਂ ਇਹ, ਨਾ ਹੀ ਆਪਾਂ ਨੇ ਇਹਨਾਂ ਨੂੰ ਦੁੱਧ 'ਚ ਕਾੜਿਆ। ਫਿਰ ਕਿਸੇ ਦਿਨ ਆਪਾਂ ਤੁਹਾਨੂੰ ਦੁੱਧ 'ਚ ਕਾੜ ਕੇ ਦਿਖਾਵਾਂਗੇ। ਆਹ ਦੇਖੋ ਹੁਣ ਆਪਾਂ ਟਮਾਟਰ ਪਾ ਦਾਂਗੇ। ਹੁਣ ਆਪਣਾ ਪਿਆਜ਼ ਭੁੰਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਕੁੰਬਾਂ ਪਾਵਾਂਗੇ ਜਿਹੜੀਆਂ ਉਬਾਲ ਕੇ ਰੱਖੀਆਂ ਹੋਈਆਂ ਸੀਗੀਆਂ। ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ। ਥੋੜ੍ਹੀ ਜਿਹੀ ਲਾਲ ਮਿਰਚ, ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਈ ਹੋਈ ਹੈ ਪਹਿਲਾਂ। ਪਾਓ ਭਾਜੀ ਮਸਾਲਾ, ਅਮਚੂਰ ਥੋੜ੍ਹਾ ਜਿਹਾ, ਅਤੇ ਆਪਣੀ ਸੁੱਕੀ ਸਬਜ਼ੀ ਕੁੰਬਾਂ ਦੀ, ਕੁੰਬਾਂ ਪਿਆਜ਼ ਸਬਜ਼ੀ ਬਣ ਕੇ ਤਿਆਰ ਹੈ। ਇਸ ਆਪਾਂ ਨੇ 2 ਮਿੰਟ ਲਈ ਹੋਰ ਪਕਾਉਣਾ, ਉਸ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਹੈ। ਆਪਾਂ ਨੇ ਇਹਨੂੰ ਹੁਣ ਲੋਅ ਫਲੇਮ ਕਰਤੀ ਗੈਸ ਦੀ, ਕਿਉਂਕਿ ਫਿਰ ਜ਼ਿਆਦਾ ਗੈਸ 'ਤੇ ਆਪਾਂ ਨੇ ਇਹਨੂੰ ਆਂਚ 'ਤੇ ਨਹੀਂ ਪਕਾਉਣਾ। ਹੁਣ ਆਹ ਦੇਖੋ ਆਪਣੀ ਕੁੰਬਾਂ ਦੀ ਸਬਜ਼ੀ ਬਣ ਕੇ ਤਿਆਰ ਹੈ। ਸੋ ਫਰੈਂਡਸ, ਤੁਸੀਂ ਇੱਕ ਵਾਰੀ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ, ਫਿਰ ਮੈਂ ਦੱਸਿਓ ਤੁਹਾਨੂੰ ਸਾਡੀ ਇਹ ਡਿਸ਼ ਕਿਵੇਂ ਲੱਗੀ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਸਾਡੀ ਅਗਲੀ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ। ਅਤੇ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ, ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਸਾਡੀ ਇਹ ਡਿਸ਼ ਕਿਵੇਂ ਦੀ ਲੱਗੀ।